बिस्मिल्लाहिर्रहमानिर्रहीम, अस्सलाम वालेकुम। की हाल है भरावां दा, बहणां दा, मिठियां दा? ठीक हो मिठिया? उसा क्या मरासियां लगो बड़ी ऊना बुन के खा छड़ी, अखीर करी होंदे हो मोणा दे हो। ये गल्ला करदा है, छकदा है, और मैं लोके दा नां नहीं लैंदा, फोटो वेखो ना। बा ट्रांसफार्मर नवा दरीता, ट्रांसफार्मर ਉਹਨਾਂ ਜਨਾਬ ਢੋਲ ਅਤੇ ਵੇਲਾਂ ਅਤੇ ਫੈਰੰਗ ਅਖੀਰ ਕਰ ਦਿੱਤੀ ਹੈ। ਮੁੜਾਂ ਦੇ ਦੂਜੀਆਂ ਜ਼ਿਲ੍ਹਿਆਂ ਵਾਲੇ ਗੱਲਾਂ ਕਰਦੇ ਨੇ ਅਤੇ ਟੀਪੂ ਰਾਜਾ ਗੱਲਾਂ ਕਰਦਾ। ਇੱਥੋਂ ਅੱਜ ਮੈਂ ਉਹ ਮੰਜਤ ਲਈ ਕਿ ਬੰਦੇ ਇਹਦੇ ਵਿੱਚ ਟੈਗ ਕੀਤਾ ਇਸ ਤਸਵੀਰ ਵਿੱਚ, ਅਤੇ ਮੈਂ ਸੋਚਦਾ ਪਿਆ ਵਾ ਅਖੀਰ ਅਸੀਂ ਕਰਦੇ ਹਾਂ। ਵਾ ਅੱਲਾ ਮਾਫ਼ੀ ਦੇਵੇ, ਆ ਟਰੈਕਟਰ 'ਤੇ ਅੱਗੇ ਵੀ ਖੈਰ ਹੈ, ਕਦੀ ਕਦੀ ਸ਼ਾਇਦ ਗੱਡੀ ਲੈ ਲੈਣੀ, ਮੈਂ ਵੀ ਉਹਨਾਂ 'ਚ ਸ਼ਾਮਿਲ ਹਾਂ। ਪਿੱਛੇ ਪੂਰੇ ਟੱਬਰੇ ਦਾ ਨਾਂ ਦਾਦਾ ਜੀ ਅਤੇ ਫਲਾਣਾ ਡੀਂਗਾ ਗਾ, ਪੋਤਰਿਆਂ ਤਾਈਂ ਸਾਰਿਆਂ ਦੇ ਨਾਂ ਰੁਪਈਏ ਦਾ ਦੇਣੇ ਮਸੀਤੀ ਨੇ। ਦੋ ਵਾਰੀ ਐਲਾਨ ਕਰਵਾਉਣਾ, ਬਸ ਸਾਡਾ ਐਲਾਨ ਕਰੀ, ਬਸ 10 ਰੁਪਈਏ ਦਿੱਤੇ ਨਾ ਅਤੇ ਸਾਰਿਆਂ ਦਾ ਨਾਂ ਲਵੀ, ਕੋਈ ਬੰਦਾ ਟੱਬਰੇ ਦਾ ਰਹਿ ਨਾ ਜਾਏ। ਇਹ ਇੱਕ ਨਾ ਅਜੀਬ ਜਿਹਾ ਹੁਣ ਸੋਸ਼ਲ ਮੀਡੀਆ 'ਤੇ ਟਰੈਂਡ ਚੱਲ ਗਿਆ। ਉਸ ਆ ਗਿਆ ਅਮ ਚੌਧਰੀ ਸਾਜਦ ਇਕਬਾਲ ਕੋ ਖੁਫੀਆ ਸ਼ਾਦੀ ਕਰਨੇ ਪਰ ਮੁਬਾਰਕਬਾਦ ਪੇਸ਼ ਕਰਦੇ ਆ, ਅਤੇ ਉਹਦੀਆਂ ਪੋਸਟਰ ਬਣਾ ਕੇ ਫੇਸਬੁੱਕ 'ਤੇ ਲਾ ਛੜੇ। ਕਿਹੜੀ ਮੋਣੋ ਖੁਫੀਆ ਰਹੀ ਅਤੇ ਕਿਹੜਾ ਉਹ ਜਨਾਬ ਨਿੱਕੀ ਨਿੱਕੀ ਗੱਲੇ ਤੋਂ, ਹੁਣ ਮੈਂ ਉਹ ਜੇ ਉਸ ਲਿਸਟ 'ਤੇ ਸ਼ੁਰੂ ਹੋ ਜਾਵਾਂ ਜਿਵੇਂ ਜਿਹੜੀ ਜਿਹੜੀ ਗੱਲੇ ਤੋਂ ਮੁਬਾਰਕਾਂ ਦਿੰਦੇ ਨੇ ਉਹ ਵੀ ਖਤਮ, ਹੁਣ ਇਹਦਾ ਨਾਂ ਨਾ ਲਵੇ। ਹੁਣ ਆ ਜਾਵਾਂ ਥੋੜ੍ਹਾ ਅਸਲੀ ਗੱਲੇ ਹਾਲ। ਇਹ ਗੱਲ ਦੱਸਿਆ ਖਾਇਆ ਪਿੱਛੇ ਜਿਹਾ ਤੁਹਾਡੇ ਬਥਰੀਏ ਦਾ, ਪਿਛਲੇ ਸਾਲ ਮੈਂ ਹਕੀਕਾ ਅਤੇ ਲਾਗਲਾ ਬਥੇਰਾ ਆਇਆ, ਮੈਂ ਭਗਾਤ ਇੰਜ ਕਿਚਨ ਨਾਲ ਵੜਿਆ, ਮੈਂ ਵੇਖਿਆ ਅਤੇ ਇੱਥੋਂ ਲਾਇਆ ਕਿ ਨਾ ਕੱਢੀ ਸਾਈਨ ਪਾਲ ਲੱਗੀ ਪਈ, 6-6 ਨਾ ਲੀਟਰੀਆਂ ਬੋਤਲਾਂ ਦੀ, ਅੱਡੇ ਅੱਡੇ ਲੀਟਰੀ ਨਹੀਂ, ਆ 6-6 ਦਾ ਪੈਕਟ। ਉਹ ਮੈਂ ਪੁੱਛਦਾ ਉਹ ਬੇਬੇ ਸਾਡੇ ਵੱਲ ਆਉਂਦੀ, ਵਾ ਬੇਬੇ ਕਾਂ ਕਿਦੋਂ ਆਈਆਂ ਨੇ ਬੋਤਲਾਂ, ਕਹਿ ਇੰਨੀਆਂ ਲੈ ਆਉਂਦੀਆਂ? ਉਸ ਆਖਿਆ ਪੁੱਤਰਾ ਇਹ ਇੱਥੇ ਰਸਮ ਹੈ, ਬੰਦੇ ਜਿਹੜੇ ਆਉਂਦੇ ਨੇ ਉਹ ਲਿਆਉਂਦੇ ਨੇ। ਮੈਂ ਆਖਿਆ ਲੈ ਵਾ ਇਹ ਲਵਾਂ ਜੁਗਾੜ ਹੀ। ਉਹ ਕੀ ਹੁੰਦਾ ਅੱਗੇ ਪਹਿਲੋਂ ਤੇ ਆਉਣਾ ਨਾ, ਵਾ ਕੋਈ ਆਪਣੇ ਘਰ ਹੀ ਕਿਸੇ ਦਾ ਮਿੱਠਾ ਮਾਲਟਾ ਅਮਰੂਦ ਹੋਣਾ ਜਾਂ ਕੁਝ ਵੀ, ਅਤੇ ਉਹਨਾਂ ਬਾਜੀ ਦੇ ਤੌਰ 'ਤੇ ਨਾ ਗੁੜ ਹੋ ਜਾਂ ਚੌਲ ਹੋ ਜੋ ਵੀ ਹੋਣੇ ਨਾ ਉਹ ਲੈ ਜਾਣੇ, ਘਰੋਂ ਨਿਕਲਣ ਲੱਗੀ ਲੈ ਜਾਣੇ, ਬਾ ਉਹਦੇ ਉਹਨਾਂ ਲੈ ਚੱਲਦੇ ਹਾਂ। ਹੁਣ ਥੋੜ੍ਹਾ ਮਾਮਲਾ ਮਾਡਰਨ ਹੋਇਆ, ਮੁਲਕ ਕੋਲ ਪੈਸੇ ਆਏ, ਉਹ ਜਨਾਬ ਰੁਪਈਆਂ ਨਾਲ ਫਰੂਟ ਖਰੀਦ ਲਿਆ ਰਾਹ ਵਿੱਚ, ਉੱਥੇ ਛਾਪਰ ਫਰੂਟਾਂ ਦੇ ਪੇਟੀ ਜੰਮਾਂ ਦੀ ਜਾਂਦੀ, ਚਲੋ ਜਿਹਦਾ ਜਿਤਨਾ ਸਬੱਬ। ਹੌਲੀ ਹੌਲੀ ਨਾ ਇਸ ਟ੍ਰੈਂਡ ਨੂੰ ਚੇਂਜ ਕੀਤਾ ਨਾ, ਅਤੇ ਆ ਡੱਬੇ ਬਾ ਚੜ ਗਏ, ਓਏ ਹੋਏ ਹੋਏ ਮੁਲਕੇ ਨੱਗੇ ਸ਼ੂਗਰ ਭੈੜਾ ਅਤੇ ਘਟੀਆ ਮਾਲ ਆ, ਬਰਫੀਆਂ ਗੁਲਾਬ ਜਾਮਨ ਰਸਗੁੱਲੇ, ਅਤੇ ਕੋਈ ਉਹਦੀ ਨਾ ਕੋਈ ਕੁਆਲਿਟੀ ਅਤੇ ਨਾ ਉਹਦਾ ਕੋਈ ਜ਼ਾਇਕਾ। ਡੱਬਿਆਂ 'ਤੇ ਡੱਬੇ ਸ਼ੁਰੂ ਹੋ ਗਏ, ਉਹ ਮੈਂ ਪਿਛਲੇ ਸਾਲ ਗਿਆ ਬੋਤਲਾਂ ਸ਼ੁਰੂ ਹੋਈ ਆ ਬਈ, 6-6 ਲੀਟਰ ਹੀ ਬੋਤਲੀ ਇਧਰੀ ਅੰਨ ਚਾ ਕੇ ਲੱਗੀ ਆਉਂਦੀ, ਉਹ ਜਾਣ ਲੱਗਿਆ ਹੁਣ ਪਤਾ ਨਾ ਆ ਜਾਣ ਲੱਗਿਆ ਦੀਆਂ ਦਿਆਣੀ ਜਾਂ ਹੁਣ ਕਈਆਂ ਪੁਰਾਣਿਆਂ ਬਾਲਾ ਸਮਾਨ ਹੋ ਜਾਂਦਾ, ਬੰਦਾ ਦੇਖ ਕੇ ਵੀ ਨਾਲ ਬੁਰੜੀਆਂ, ਕਈ ਸਿਆਣੀਆਂ ਵਿਦਿਆ ਕਰਦੀਆਂ ਰਹਿੰਦੀਆਂ। ਉਹ ਜਨਾਬ ਇਦਲੀ 7-Up ਲਿਆਉਂਦੀ ਆ, ਜਾਂਦੀ ਵਾਰੀ ਫਾਂਟਾ ਪੀ ਜਾਂਦੀ ਆ, ਇਦਲੀ ਕੋਕਾ ਕੋਲਾ ਲਿਆਉਂਦੀ, ਅਤੇ ਇਹਦੇ ਨਾਲ ਪਈ ਇਹ 7-Up, ਅਤੇ ਉਹ ਕਿਹੜੀ ਪਈ ਹੈ ਘੋਰ ਹੈ, ਉਹ ਪੈਪਸੀ ਜਾਂਦੀ। ਮਿਹਰਬਾਨੀ ਕਰ ਲਓ ਨਿਰਾ ਇਹ ਜ਼ਹਿਰ ਹੈ, ਇਹਦਾ ਮਤਲਬ ਕੀ ਹੈ, ਕਾਹਦੀ ਨਹੀਂ ਹੈ ਬਾਜੀ ਚੜ ਗਈ 6-6 ਬੋਤਲਾਂ ਦਾ ਡਾਲਾ ਲੈ ਜਾਣ ਦੀ, ਮਿਹਰਬਾਨੀ ਕਰੋ ਇਹ ਡੱਕੋ ਇਸ ਗੱਲੇ ਨੇ, ਜਿਤਨਾ ਸਬੱਬ ਹੈ ਉਤਨਾ ਕਰ ਲਓ ਨਾ, ਵੀ ਲੈ ਜਾਂਦੇ ਖੈਰ ਸੱਲਾ, ਮਤਲਬ ਲੱਗਦੇ ਆ ਜਾਣ ਤੇ ਹੀ ਬਥੇਰਾ। ਇੱਥੇ ਹੁਣ ਗੱਲੇ ਡੱਕ ਸਾਕਸ ਹੱਸਦੇ ਰਹੋ ਵਸਦੇ ਰਹੋ, ਉੱਚੀਆਂ ਟਾਲਾਂ ਹੀ ਰਹੋ, ਅਤੇ ਮਿਹਰਬਾਨੀ ਕਰ ਲਓ ਬਾ ਕੋਈ ਢੋਲ ਮਾਰਨੇ ਵਾਲੀ ਗੱਲ ਹੋਵੇ ਢੋਲ ਮਾਰੋ, ਗੱਲੇ ਗੱਲੇ ਆਈ ਨਾ ਛਟੰਡ ਬਣਾਏ ਹੋਏ ਤੁਸੀਂ ਰੱਬ ਦੇ ਵਾਲੇ। ਵੀਡੀਓ ਸ਼ੇਅਰ ਕਰ ਭਾਈ, ਵੇਖ ਕੇ ਗਾਣਾ ਲਾ ਕੇ।